हेलो स्टूडेंट्स वेलकम बैक टू माय YouTube चैनल सो so, बच्चे इस वीडियो ਦੇ ਵਿੱਚ ਅਸੀਂ ਗੱਲ ਕਰਾਂਗੇ ਪਰਫੈਕਟ ਟਾਈਮ ਟੇਬਲ ਬਿਫੋਰ एग्जाम ਤੁਹਾਨੂੰ ਪਤਾ ਕਿ 13th डिसेंबर 2021 ਦੇ ਵਿੱਚ ਜਿਹੜਾ ਆ ਤੁਹਾਡਾ ਫਰਸਟ एग्जाम ਕੰਡਕਟ ਕੀਤਾ ਜਾਏਗਾ ਸੋ ਤੁਸੀਂ ਮੰਨ ਕੇ ਚੱਲੋ ਕਿ ਅਸੀਂ 10 ਤਰੀਕ ਤੱਕ ਜਿਹੜੀ ਆਪਣੀ ਤਿਆਰੀ ਕਰਨੀ ਆ ਸੋ 10 ਤਰੀਕ ਤੱਕ ਤਿਆਰੀ ਕਰਨੀ ਆ ਤਾਂ ਮਤਲਬ ਟਾਈਮ ਸਾਡੇ ਕੋਲ ਬਹੁਤ ਜ਼ਿਆਦਾ ਘੱਟ ਹੈ 10 ਤਰੀਕ ਤੱਕ ਬੱਚੇ ਸਾਡੇ ਕੋਲ ਸਿਰਫ ਔਰ ਸਿਰਫ 22 ਡੇਜ਼ ਆ ਅਸੀਂ 22 ਡੇਜ਼ ਦੇ ਵਿੱਚ ਆਪਣੇ ਪੇਪਰ ਦੀ ਤਿਆਰੀ ਕਿਸ ਤਰੀਕੇ ਨਾਲ ਕਰਨੀ ਆ ਸੋ ਚਲੋ ਬੱਚੇ ਆਪਾਂ ਸਭ ਤੋਂ ਪਹਿਲਾਂ ਕੀ ਕਰਦੇ ਆ ਆਪਾਂ ਦੋ ਤਰ੍ਹਾਂ ਨਾਲ ਟਾਈਮ ਡਿਵਾਈਡ ਕਰਨ ਲੱਗੀਆਂ ਸੋ ਆਪਣੀ ਇੱਥੇ ਲਾਈਨ ਲਗਾ ਲਓ ਕਿ ਅਸੀਂ ਦੋ ਤਰ੍ਹਾਂ ਨਾਲ ਟਾਈਮ ਸੈੱਟ ਕਰਨ ਲੱਗੀਆਂ ਪਹਿਲੀ ਗੱਲ ਤਾਂ ਸਾਨੂੰ 6 ਘੰਟੇ ਦੀ ਨੀਂਦ ਚਾਹੀਦੀ ਚਾਹੀਦੀ ਆ ਇਹਦਾ ਮਤਲਬ ਜਿਹੜੇ ਬੱਚੇ 10 ਵਜੇ ਰਾਤ ਨੂੰ ਸੌਂ ਜਾਂਦੇ ਆ ਤਾਂ ਸਵੇਰ 4 ਵਜੇ ਤੱਕ ਬੱਚੇ ਤੁਹਾਨੂੰ ਉੱਠਣਾ ਹੀ ਪਾਏਗਾ ਕਿਉਂਕਿ ਸਾਡੇ ਕੋਲ ਸਿਰਫ ਔਰ ਸਿਰਫ 22 ਦਿਨਾਂ ਅਸੀਂ 22 ਦਿਨ ਦੇ ਵਿੱਚ ਆਪਣੇ ਪੇਪਰ ਦੀ ਤਿਆਰੀ ਕਰਨੀ ਆ ਦੂਸਰੇ ਬੱਚੇ ਉਹ ਆ ਜਿਹੜੇ ਰਾਤ ਨੂੰ देर ਰਾਤ ਤੱਕ ਪੜ ਸਕਦੇ ਆ ਸੋ ਮੈਕਸਿਮਮ ਮੰਨ ਲਓ ਤੁਸੀਂ 12 ਵਜੇ ਤੱਕ ਪੜ ਲਿਆ ਤੇ ਸਵੇਰ ਬੱਚੇ ਹਰ ਹਾਲਤ ਵਿੱਚ 6 ਵਜੇ ਤੱਕ ਜਿਹੜੇ ਆ ਤੁਸੀਂ ਉੱਠ ਜਾਣੇ ਚਾਹੀਦੇ ਆ ਸੋ 6 ਘੰਟੇ ਦੀ ਨੀਂਦ ਕਾਫੀ ਆ ਸੋ ਸਭ ਤੋਂ ਪਹਿਲਾਂ ਬੱਚੇ ਅਸੀਂ ਗੱਲ ਕਰਦਿਆਂ ਜਿਹੜੇ ਬੱਚੇ 10 ਤੋਂ ਲੈ ਕੇ 4 ਵਜੇ ਤੱਕ ਆਪਣੀ ਰਾਤ ਦੀ ਨੀਂਦ ਪੂਰੀ ਕਰਨਗੇ ਇਹਦਾ ਮਤਲਬ 4 ਵਜੇ ਜਿਹੜਾ ਆ ਤੁਸੀਂ ਉੱਠਣਾ ਆ ਤੇ ਪੜਨਾ ਸਟਾਰਟ ਕਰਨਾ ਮਨ ਲਓ ਬੱਚੇ ਜਿਹੜਾ ਆ ਟਾਈਮ ਟੇਬਲ ਆ ਉਹ ਅਸਕੋਰਡਿੰਗਲੀ ਦਿੱਤਾ ਜਾ ਰਿਹਾ ਕਿ ਤੁਸੀਂ ਜਿਹੜੇ ਆ ਸਕੂਲ ਗਏ ਠੀਕ ਹੈ ਸਕੂਲ 9 ਵਜੇ ਗਏ ਤਾਂ ਘਰ ਆਪਣੇ 3:30 ਵਜੇ ਤੱਕ ਪਹੁੰਚੇ ਸੋ ਆਲਮੋਸਟ ਪੰਜਾਬ ਸਕੂਲ ਦੇ ਜਿੰਨੇ ਵੀ ਸਟੂਡੈਂਟਸ ਆ ਬੱਚੇ ਉਹਨਾਂ ਨੂੰ 3 ਵਜੇ ਤੱਕ ਛੁੱਟੀ ਹੁੰਦੀ ਆ ਦਾ ਮਤਲਬ ਘਰ ਤੁਸੀਂ 3:30 ਵਜੇ ਤੱਕ ਪਹੁੰਚਦੇ ਆ ਤੇ 9 ਵਜੇ ਤੁਹਾਡਾ ਸਕੂਲ ਸ਼ੁਰੂ ਹੋ ਜਾਂਦਾ ਇਹਦਾ ਮਤਲਬ ਤੁਸੀਂ ਤਿਆਰ ਹੋਣਾ ਖਾਣਾ ਬਾਣਾ ਖਾਣਾ ਨਹਾਣਾ ਧੋਣਾ ਤੇ ਆਪਣੇ ਘਰ ਤੋਂ ਸਕੂਲ ਤੱਕ ਵੀ ਜਾਣਾ ਤਾਂ ਘੰਟਾ ਤੁਹਾਨੂੰ ਉਹ ਤੋਂ ਪਹਿਲਾਂ ਵੀ ਚਾਹੀਦਾ ਆ ਸੋ ਆਪਾਂ ਮੰਨ ਕੇ ਚੱਲਦੇ ਆ ਕਿ ਜਿਹੜਾ ਆ ਤੁਸੀਂ 8 ਵਜੇ ਆਪਣੀ ਸਕੂਲ ਚਲੇ ਗਈ ਜਾਂ 7 ਵਜੇ ਸੋ ਕਈ ਬੱਚੇ-ਬੱਚੇ ਆਪਣੀ ਸਕੂਲ ਬੱਸਿਸ ਦੇ ਵਿੱਚ ਜਾਂਦੇ ਹੋਣਗੇ ਜਿਹੜੇ ਪ੍ਰਾਈਵੇਟ ਸਕੂਲਸ ਦੇ ਸਟੂਡੈਂਟ ਹੋਣਗੇ ਤਾਂ ਆਪਾਂ ਮੰਨ ਕੇ ਚੱਲਦੀਆਂ ਕਿ 9 ਤੋਂ ਲੈ ਕੇ 3:30 ਵਜੇ ਤੱਕ ਤੁਹਾਡਾ ਸਿਰਫ ਔਰ ਸਿਰਫ ਸਕੂਲ ਦਾ ਟਾਈਮ ਆ ਸੋ ਇਹ ਆਹ ਟਾਈਮ ਬੱਚੇ ਮੈਂ ਤੁਹਾਨੂੰ ਤੁਹਾਡੀ ਸਟੱਡੀ ਦੇ ਵਿੱਚੋਂ ਇੰਨਾ ਕ ਟਾਈਮ ਜਿਹੜਾ ਬਾਹਰ ਕਰ ਦਿੰਦਾ ਜਿਹੜਾ ਕਿ ਸਕੂਲ ਦਾ ਟਾਈਮ ਆ ਹੁਣ ਸਾਡੇ ਕੋਲ ਬਹੁਤ ਘੱਟ ਟਾਈਮ ਰਹਿ ਗਿਆ ਜਿਹਦੇ ਵਿੱਚ ਅਸੀਂ ਖਾਣਾ ਵੀ ਖਾਣਾ ਆ ਠੀਕ ਆ ਘਰ ਆ ਕੇ ਰਾਤ ਨੂੰ ਖਾਣਾ ਵੀ ਖਾਣਾ ਕਹਿ ਲੋ ਖਾਣਾ ਬਣਾਉਣਾ ਵੀ ਹੋ ਸਕਦਾ ਆ ਸੋ ਆਪਾਂ ਉਹਨੇ ਇੱਕ ਟਾਈਮ ਦੇ ਵਿੱਚ ਐਡਜਸਟ ਕਰਦੇ ਆ ਸੋ ਚਲੋ ਆਪਾਂ ਸਟਾਰਟ ਕਰਦੀਆਂ ਕਿ ਤੁਸੀਂ ਸਵੇਰ 4 ਵਜੇ ਉੱਠ ਗਏ ਹੁਣ ਬੱਚੇ 4 ਵਜੇ ਤੋਂ ਲੈ ਕੇ 5:30 ਵਜੇ ਤੱਕ ਮੋਸਟ ਡਿਫਿਕਲਟ ਸਬਜੈਕਟ ਜਿਹੜਾ ਤੁਹਾਨੂੰ ਆਪਣੀ ਇੰਨਾ ਸਬਜੈਕਟਾਂ ਦੇ ਵਿੱਚੋਂ ਬੇਸਿਕਲੀ ਪੰਜ ਸਬਜੈਕਟਾਂ ਬਚੇਗੀ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਜਾਂ ਫਿਰ ਮੈਥਸ, ਦੈਨ ਇੰਗਲਿਸ਼ ਐਂਡ ਪੰਜਾਬੀ ਟੋਟਲ ਪੰਜ ਸਬਜੈਕਟਾਂ ਪੰਜ ਸਬਜੈਕਟਾਂ ਵਿੱਚੋਂ ਜਿਹੜਾ ਸਭ ਤੋਂ ਡਿਫਿਕਲਟ ਸਬਜੈਕਟ ਤੁਹਾਨੂੰ ਲੱਗਦਾ ਮੈਂ ਮੰਨ ਲੈਂਦੀ ਆ ਮੋਸਟਲੀ ਤਿੰਨਾ ਸਬਜੈਕਟਾਂ ਦੇ ਵਿੱਚੋਂ ਬੱਚਿਆਂ ਨੂੰ ਫਿਜ਼ਿਕਸ ਸਭ ਤੋਂ ਜ਼ਿਆਦਾ ਡਿਫਿਕਲਟ ਲੱਗਦੀ ਆ ਜਿੱਥੋਂ ਤੱਕ ਮੇਰਾ ਐਕਸਪੀਰੀਅੰਸ ਆ ਉਦੋਂ ਬੱਚੇ ਸਬਜੈਕਟ ਤੁਹਾਨੂੰ ਡਿਫਿਕਲਟ ਲੱਗਦਾ ਜਦੋਂ ਤੁਹਾਨੂੰ ਉਹ ਸਬਜੈਕਟ ਤੇ ਇਨੀ ਪਕੜ ਨਹੀਂ ਹੁੰਦੀ ਜਾਂ ਤੁਹਾਡੇ ਟੀਚਰ ਤੁਹਾਨੂੰ ਉਹਨਾਂ ਅ ਇਹਾਂ ਤੁਹਾਡਾ ਇੰਟਰਸਟ ਨਾ ਹੋਵੇ ਸੋ ਜਿਹੜਾ ਵੀ ਸਬਜੈਕਟ ਤੁਹਾਨੂੰ ਸਭ ਤੋਂ ਜ਼ਿਆਦਾ ਔਖਾ ਲੱਗਦਾ ਸਭ ਤੋਂ ਪਹਿਲਾਂ ਸ਼ੁਰੂਆਤ ਉਸ ਡਿਫਿਕਲਟ ਸਬਜੈਕਟ ਤੋਂ ਹੀ ਕਰੋ ਸੋ ਮੈਂ ਮੰਨ ਲਿਆ ਕਿ ਫਿਜ਼ਿਕਸ ਜਿਹੜਾ ਆ ਤੁਹਾਨੂੰ ਸਭ ਤੋਂ ਜ਼ਿਆਦਾ ਡਿਫਿਕਲਟ ਸਬਜੈਕਟ ਲੱਗਦਾ ਸੋ ਸਵੇਰ 4 ਵਜੇ ਬੱਚੇ ਤੁਸੀਂ ਉੱਠੇ 4 ਤੋਂ ਲੈ ਕੇ 5:30 ਵਜੇ ਤੱਕ ਜਿਹੜਾ ਆ ਤੁਸੀਂ ਆਪਣੇ ਫਿਜ਼ਿਕਸ ਨੂੰ ਟਾਈਮ ਦਿਓ ਫਿਜ਼ਿਕਸ ਨੂੰ ਚੰਗੀ ਤਰੀਕੇ ਨਾਲ ਬੱਚੇ ਉਹਦੇ ਕਨਸੈਪਟ ਕਲੀਅਰ ਕਰੋ ਆਪਣੀ ਜਿਹੜੀ ਐਮਸੀਕਿਊਜ਼ ਦੀ ਤਿਆਰੀ ਕਰੋ ਜਾਂ ਜੋ ਵੀ ਤੁਸੀਂ ਫਿਜ਼ਿਕਸ ਦਾ ਪੜ੍ਹਨਾ ਹੈ ਮਟੀਰੀਅਲ ਆ ਉਹ ਤੁਸੀਂ 4 ਤੋਂ ਲੈ ਕੇ 5:30 ਵਜੇ ਤੱਕ ਪ੍ਰਿਪੇਅਰ ਕਰੋ ਨੈਕਸਟ ਸੈਕੰਡ ਨੰਬਰ ਤੇ ਆ ਜਾਓ ਜੋ ਤੁਹਾਨੂੰ ਉਹ ਤੋਂ ਥੋੜਾ ਜਿਹਾ ਘੱਟ ਸਬਜੈਕਟ ਔਖਾ ਲੱਗਦਾ ਮੈਥ ਜਾਂ ਫਿਰ కెਮਿਸਟਰੀ ਦੇ ਵਿੱਚੋਂ ਬਾਇਓਲੋਜੀ ਮੈਥ ਜਾਂ ਫਿਰ కెਮਿਸਟਰੀ ਦੇ ਵਿੱਚੋਂ ਮੈਂ ਮੰਨ ਲਿਆ ਕਿ ਜਿਹੜੀ కెਮਿਸਟਰੀ ਆ ਤੁਹਾਨੂੰ ਉਹ ਤੋਂ ਥੋੜੀ ਘੱਟ ਡਿਫਿਕਲਟ ਲੱਗਦੀ ਆ ਇਹਦਾ ਮਤਲਬ ਸਾਡੇ 5 ਵਜੇ ਤੋਂ ਲੈ ਕੇ ਬੱਚੇ 7 ਵਜੇ ਤੱਕ ਜਿਹੜਾ ਆ ਤੁਸੀਂ ਆਪਣਾ ਸੈਕੰਡ ਸਬਜੈਕਟ ਡੇਢ ਘੰਟਾ ਬੱਚੇ ਇਹਨੂੰ ਟਾਈਮ ਦਿਓ ਕਿਉਂਕਿ ਪੇਪਰ ਤੋਂ ਆਪਾਂ ਨੂੰ ਕਹਿ ਲਓ 22 ਦਿਨਾਂ ਬਹੁਤ ਘੱਟ ਟਾਈਮ ਆ ਜੇ ਬੱਚੇ ਤੁਸੀਂ ਡੇਢ ਘੰਟਾ ਮਿਨੀਮਮ ਇੰਨਾ ਘੰਟੇ ਨਹੀਂ ਦਿੰਦੇ ਤਾਂ ਬਹੁਤ ਡਿਫਿਕਲਟ ਹੋਏਗਾ ਤੁਹਾਨੂੰ ਪੇਪਰ ਦੇ ਵਿੱਚ ਬੈਠ ਕੇ ਸੋ ਇਹ ਨਾ ਸੋਚੋ ਕਿ ਪੇਪਰ ਤੋਂ ਇੱਕ ਦਿਨ ਪਹਿਲਾਂ ਅਸੀਂ ਕੋਈ ਪੜ ਲਾਂਗੇ ਜਾਂ ਪੇਪਰ ਆ ਜਾਣਗੇ ਤਾਂ ਜਿਹੜੇ ਆ ਸਾਡੀ ਨਕਲ ਵੱਜ ਜੂਗੀ ਤਾਂ ਅਸੀਂ ਪਾਸ ਹੋ ਜਾਾਂਗੇ ਬੱਚੇ ਪਾਸ ਹੋਣ ਤੱਕ ਸਾਨੂੰ ਮਤਲਬ ਨਹੀਂ ਆ ਅਸੀਂ ਆਪਣੀ ਲਾਈਫ ਦੇ ਵਿੱਚ ਕਿਤੇ ਖੜੇ ਹੋਣਾ ਆ ਸੋ ਤੁਹਾਨੂੰ ਕੁਝ ਆਂਦਾ ਹੋਣਾ ਚਾਹੀਦਾ ਆ ਨਕਲ ਮਾਰ ਕੇ ਤੁਸੀਂ ਆਪਣੀ ਲਾਈਫ ਵਿੱਚ ਇੰਨਾ ਸக்ஸੈਸ ਨਹੀਂ ਪਾ ਸਕਦੇ ਸੋ ਟਰਾਈ ਕਰੋ ਕਿ ਪੜ੍ਹ ਕੇ ਜਾਓ ਠੀਕ ਹੈ ਜੀ ਹੁਣ ਤੁਹਾਡੇ ਸਕੂਲ ਦਾ ਟਾਈਮ ਸ਼ੁਰੂ ਹੋ ਗਿਆ 7 ਵਜੇ ਤੋਂ ਲੈ ਕੇ ਸਾਢੇ 3 ਵਜੇ ਤੱਕ ਜਿਹੜਾ ਤੁਹਾਡਾ ਸਕੂਲ ਟਾਈਮ ਸ਼ੁਰੂ ਹੋ ਗਿਆ ਹੁਣ ਸਕੂਲ ਗਏ ਪੜ੍ਹੇ ਲਿਖੇ ਜੋ ਵੀ ਤੁਹਾਡਾ ਸਕੂਲ ਦਾ ਟਾਈਮ ਆ ਹੁਣ ਮੰਨ ਲਓ ਬੱਚੇ ਤੁਸੀਂ ਸਕੂਲ ਤੋਂ ਵਾਪਸ ਆਏ ਆ ਕੇ ਚਾਹ ਪਾਣੀ ਪੀਤੀ ਸਾਢੇ 3 ਤੋਂ ਲੈ ਕੇ 4 ਵਜੇ ਹੁਣ 4 ਵਜੇ ਆਪਣੀ ਸਟਾਰਟ ਕਰੋ ਪੰਜਾਬੀ ਹੁਣ ਕਾਫੀ ਬੱਚੇ ਕਹਿਣਗੇ ਪੰਜਾਬੀ ਪੰਜਾਬੀ ਪੜ੍ਹਨ ਦੀ ਕੀ ਜ਼ਰੂਰਤ ਆ ਬੱਚੇ ਪੰਜਾਬੀ ਇੰਗਲਿਸ਼ ਅੱਧਾ ਤੇ ਸਬਜੈਕਟ ਆ ਜਿਹੜੀ ਤੁਹਾਡੀ ਪਰਸੈਂਟੇਜ ਇਨਕਰੀਜ਼ ਵੀ ਕਰ ਸਕਦੀ ਹੈ ਤੇ ਪਰਸੈਂਟੇਜ ਡਿਕਰੀਜ਼ ਵੀ ਕਰ ਸਕਦੀ ਆ ਸੋ ਸਪੈਸ਼ਲੀ ਸਾਇੰਸ ਵਾਲੇ ਬੱਚੇ ਇੰਗਲਿਸ਼ ਪੰਜਾਬੀ ਨੂੰ ਸਮਝਦੇ ਹੀ ਕੋਈ ਨਹੀਂ ਤੇ ਪੜ੍ਹਦੇ ਹੀ ਨਹੀਂ ਇਸ ਸਬਜੈਕਟ ਨੂੰ ਸੋ ਇਸ ਸਬਜੈਕਟ ਨੂੰ ਬੱਚੇ ਅੱਧਾ ਘੰਟਾ ਆਪਣੀ ਰੋਜ਼ ਦਾ ਦੇਣਾ ਸਟਾਰਟ ਕਰ ਦਿਓ ਸਾਡੇ ਕੋਲ ਸਿਰਫ ਔਰ ਸਿਰਫ 22 ਦੇਣੇ ਆ ਸੋ ਪੰਜਾਬੀ ਨੂੰ ਬੱਚੇ 4 ਤੋਂ ਲੈ ਕੇ 4:30 ਵਜੇ ਤੱਕ ਜਿਹੜਾ ਆ ਆਪਣੀ ਪੰਜਾਬੀ ਨੂੰ ਟਾਈਮ ਦਿਓ ਕਲੀਅਰ ਹੋ ਗਿਆ ਸੋ 4:30 ਤੋਂ ਲੈ ਕੇ 5:00 ਵਜੇ ਤੱਕ ਤੁਸੀਂ ਬਿਲਕੁਲ ਫ੍ਰੀ ਐਸ਼ ਕਰੋ 5 ਵਜੇ ਤੱਕ ਤੁਸੀਂ ਕੀ ਆ ਫਰੀ ਆ ਕਿਉਂਕਿ ਤੁਹਾਡਾ ਬੱਚੇ ਦਿਮਾਗ ਨੂੰ ਰੈਸਟ ਚਾਹੀਦੀ ਹੀ ਚਾਹੀਦੀ ਆ ਸੋ 5 ਵਜੇ ਤੱਕ ਹੁਣ ਤੁਸੀਂ ਫਰੀ ਆ 5 ਵਜੇ ਅਗੇਨ ਆਪਣੀਆਂ ਬੁਕਸ ਚੱਕ ਲੋ ਔਰ ਹੁਣ ਚੱਕੋ ਬੱਚੇ ਤੁਸੀਂ ਆਪਣੀ ਇੰਗਲਿਸ਼ ਠੀਕ ਹੈ ਕਿਉਂਕਿ ਇੰਗਲਿਸ਼ ਕੁਝ ਬੱਚਿਆਂ ਨੂੰ ਡਿਫਿਕਲਟ ਲੱਗਦੀ ਹੋਏਗੀ ਕੁਝ ਬੱਚਿਆਂ ਨੂੰ ਠੀਕ ਲੱਗਦੀ ਹੋਏਗੀ ਸੋ 5 ਤੋਂ ਲੈ ਕੇ 5:30 ਵਜੇ ਤੱਕ ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ 5 ਤੋਂ ਲੈ ਕੇ 5:30 ਤੱਕ ਪੜ੍ਹਨਾ ਕਿ 5 ਤੋਂ ਲੈ ਕੇ 6:00 ਵਜੇ ਤੱਕ ਪੜ੍ਹਨਾ ਮੇਰੇ ਹਿਸਾਬ ਨਾਲ ਅੱਧਾ ਘੰਟਾ ਬਹੁਤ ਆ ਸੋ ਇੰਗਲਿਸ਼ ਨੂੰ ਅੱਧਾ ਘੰਟਾ ਤੁਸੀਂ ਦੇ ਦਿਓ ਹੁਣ ਆਜੋ ਮੈਥ ਜਾਂ ਫਿਰ ਬਾਇਓਲੋਜੀ ਤੇ ਹੁਣ ਬੱਚੇ 5:30 ਤੋਂ ਲੈ ਕੇ 7:00 ਵਜੇ ਤੱਕ ਡੇਢ ਘੰਟਾ ਬੱਚੇ ਬਾਇਓਲੋਜੀ ਜਾਂ ਫਿਰ ਮੈਥਸ ਨੂੰ ਦਿਓ ਠੀਕ ਹੈ ਜੀ ਬੱਚੇ ਡੇਢ ਘੰਟਾ ਕਾਫੀ ਆ ਬਾਇਓ ਵਾਲੇ ਬੱਚੇ ਤਾਂ ਘੰਟੇ ਵਿੱਚ ਕਰ ਸਕਦੇ ਆ ਮੈਥਸ ਵਾਲੇ ਬੱਚੇ ਤਾਂ ਭਾਵੇਂ 2 ਘੰਟੇ ਵੀ ਆਪਣੇ ਆਪ ਨੂੰ ਦੇਣ ਉਹ ਵੀ ਘੱਟ ਆ ਸੋ ਡੇਢ ਘੰਟਾ ਆਪਾਂ ਲੈ ਕੇ ਚੱਲਦੇ ਆ ਕਿ ਆ ਤੁਹਾਡਾ ਇੱਕ ਮੈਥਸ ਔਰ ਬਾਇਓਲੋਜੀ ਦਾ ਟਾਈਮ ਹੋ ਗਿਆ ਥੈਨ ਬੱਚੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਤੁਸੀਂ ਫ੍ਰੀ ਆ ਅਗਰ ਤੁਸੀਂ ਕੁੜੀਆਂ ਆ ਤਾਂ ਟਰਾਈ ਕਰੋ ਘਰ ਦੀ ਰੋਟੀ ਪਾਣੀ ਜ਼ਰੂਰ ਬਣਾਓ ਬੱਚੇ ਸਾਰਾ ਦਿਨ ਵੀ ਆਪਣਾ ਮੋਬਾਈਲ ਚੱਕ ਕੇ ਬੈਠੇ ਰਹੋਗੇ ਜਾਂ ਫਿਰ ਬੁੱਕਸ ਚੱਕ ਕੇ ਬੈਠੇ ਰਹੋਗੇ ਤਾਂ ਇੱਕ ਟਾਈਮ ਐਦਾ ਦਾਣਾ ਕਿ ਤੁਹਾਡਾ ਦਿਮਾਗ ਸੌ ਜਾਣਾ ਸੋ ਟਰਾਈ ਕਰੋ ਕਿ ਆਪਣੇ ਟਾਈਮ ਸ਼ਡਿਊਲ ਇਸ ਤਰ੍ਹਾਂ ਦਾ ਸੈੱਟ ਕਰੋ ਕਿ ਤੁਸੀਂ ਘਰ ਦਾ ਵੀ ਥੋੜਾ ਜਿਹਾ ਕੰਮ ਕਰ ਸਕੋ ਜੇ ਤੁਸੀਂ ਬੁਆਏਜ਼ ਆ ਤਾਂ ਕੋਸ਼ਿਸ਼ ਕਰੋ ਆਪਣੀ ਮੰਮਾ ਦੇ ਨਾਲ ਜਾਂ ਆਪਣੇ ਪਾਪਾ ਦੇ ਨਾਲ ਜਿਹੜਾ ਕੋਈ ਘਰ ਦਾ ਸਮਾਨ ਲਿਆਉਣ ਵਾਲਾ ਆ ਜਾਂ ਫਿਰ ਕੋਈ ਘਰ ਦੀ ਰਿਸਪੌਂਸਿਬਿਲਟੀ ਆ ਤਾਂ ਉਹ ਜ਼ਰੂਰ ਨਿਭਾਓ 7 ਵਜੇ ਤੋਂ 8 ਵਜੇ ਤੱਕ ਬੱਚੇ ਆਪਣਾ ਦਿਮਾਗ ਬਿਲਕੁਲ ਸ਼ਾਂਤ ਰੱਖੋ ਤਾਂ ਕਿਸੇ ਹੋਰ ਐਕਟੀਵਿ ਤਮੀ ਤੁਹਾਡਾ ਦਿਮਾਗ ਸੌਝੂਗਾ ਯਾਦ ਰੱਖਣਾ ਸਿਰਫ ਔਰ ਸਿਰਫ ਪੜ੍ਹ ਕੇ ਵੀ ਨਹੀਂ ਸਰਦਾ ਇਸ ਕਰਕੇ ਆਪਣੇ ਦਿਮਾਗ ਨੂੰ ਦੂਸਰੀ ਕਰਿ ਕੁਲਰ ਐਕਟੀਵਿਟੀਜ਼ ਦੇ ਵਿੱਚ ਜ਼ਰੂਰ ਲਗਾਓ ਹੁਣ ਆਜੋ ਬੱਚੇ ਰਾਤ ਦੇ 8 ਤੋਂ ਲੈ ਕੇ 9 ਵਜੇ ਤੱਕ 8 ਤੋਂ ਲੈ ਕੇ 9 ਵਜੇ ਤੱਕ ਜਾਂ 9 ਤੋਂ ਲੈ ਕੇ 10 ਵਜੇ ਤੱਕ ਹੁਣ ਬੱਚਿਆਂ 2 ਘੰਟੇ ਆਨਲਾਈਨ ਸਟੱਡੀ ਨੂੰ ਦੋ ਹੁਣ ਆਨਲਾਈਨ ਸਟੱਡੀ ਦਾ ਕੀ ਮਤਲਬ ਆ ਚਾਹੇ ਤੁਸੀਂ ਐਜੂਕੇਰ ਐਪ ਤੋਂ ਪੜੋ ਮਤਲਬ ਜਿਹਦੇ ਵਿੱਚ ਤੁਸੀਂ ਮੋਬਾਈਲ ਚੱਕਣਾ ਬੱਚੇ ਸਵੇਰ ਤੋਂ ਲੈ ਕੇ 4 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਅਸੀਂ ਮੋਬਾਈਲ ਨੂੰ ਹੱਥ ਨਹੀਂ ਲਗਾਉਣਾ ਠੀਕ ਆ ਟਰਾਈ ਕਰੋ ਕਿ ਅਸੀਂ ਆ ਚੀਜ਼ਾਂ ਸਿਰਫ ਔਰ ਸਿਰਫ ਆਪਣੀਆਂ ਬੁੱਕਸ ਤੋਂ ਪੜ੍ਹਨੀ ਆ ਪੜਾਈ ਜਿਹੜਾ ਟਾਈਮ ਟੇਬਲ ਮੈਂ ਤੁਹਾਨੂੰ ਦੱਸਿਆ ਆ ਇਹ ਅਸੀਂ ਆਪਣੀ ਬੁੱਕਸ ਤੋਂ ਪੜ੍ਹਨਾ ਆ ਜਿਹੜਾ ਰਾਤ ਦੇ 2 ਘੰਟੇ ਦਾ ਟਾਈਮ ਦਿੱਤਾ ਗਿਆ ਆ 8 ਵਜੇ ਤੋਂ ਲੈ ਕੇ 10 ਵਜੇ ਤੱਕ ਇਹਦਾ ਮਤਲਬ ਤੁਸੀਂ ਆਪਣੇ ਆਨਲਾਈਨ ਸਟੱਡੀ ਆਨਲਾਈਨ ਮਟੀਰੀਅਲ ਤੇ ਧਿਆਨ ਦਿਓ ਫੋਰ ਏਗਜ਼ਾਮਪਲ ਜਿੱਦਾਂ ਬੱਚੇ ਮੈਂ ਤੁਹਾਡੇ ਲਈ ਰੋਜ਼ ਇੱਕ ਚੈਪਟਰ ਵਾਈਜ਼ ਜਿਹੜਾ ਆ ਤੁਹਾਡੇ ਲਈ ਵੀਡੀਓ ਲੈ ਕੇ ਆ ਰਹੀਆਂ ਤਾਂ ਇੱਕ ਵੀਡੀਓ ਬੱਚੇ 30 ਤੋਂ ਲੈ ਕੇ 40 ਮਿੰਟ ਦੇ ਵਿੱਚ ਘਰ ਲਈ ਹੁੰਦੀ ਆ ਇਹਦਾ ਮਤਲਬ ਇੱਕ ਘੰਟਾ ਸਫੀਸ਼ੀਐਂਟ ਆ ਇੱਕ ਵੀਡੀਓ ਨੂੰ ਸਮਝਣ ਦੇ ਲਈ ਚੰਗੀ ਤਰੀਕੇ ਨਾਲ ਕਿਉਂਕਿ ਬੱਚੇ ਮੈਂ ਪ੍ਰੋਪਰ ਐਕਸਪਲੇਨ ਵੀ ਕਰਦੀ ਆ ਪ੍ਰੋਪਰ ਸਮਝਾ ਵੀ ਰਹੀ ਆ ਤਾਂ ਇੰਨਾ ਕੁ ਤੁਹਾਡੇ ਕੋਲ ਟਾਈਮ ਹੁੰਦਾ ਕਿ ਤੁਸੀਂ ਮੋਸਟ ਇੰਪੋਰਟੈਂਟ ਚੀਜ਼ਾਂ ਨੂੰ ਲਿ ਇਹ 2 ਘੰਟੇ ਤੁਸੀਂ ਜਿਹੜੇ-ਜਿਹੜੇ ਵੀ ਤੁਹਾਡਾ ਚੈਨਲ ਨੂੰ ਤੁਸੀਂ ਫੋਲੋ ਕਰ ਰਹੇ ਆ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਨੂੰ ਤਾਂ ਉਹ ਬੜੀ ਜਿਹੜੀ ਆ ਲੈਕਚਰ ਨੂੰ ਧਿਆਨ ਨਾਲ ਸੁਣ ਲਓ 2 ਘੰਟੇ ਦੇ ਵਿੱਚ ਔਰ ਆਪਣੀ ਆਨਲਾਈਨ ਅਗਰ ਐਜੂਕੇਅਰ ਐਪ ਯੂਜ਼ ਕਰਨੀ ਆ ਤਾਂ ਉਹ ਕਰੋ ਚਾਹੇ ਆਪਣੀ ਕਿਸੇ ਫਰੈਂਡਸ ਤੋਂ ਕੋਈ ਮਟੀਰੀਅਲ ਕਲੈਕਟ ਕਰਨਾ ਤਾਂ ਉਹ ਕਰੋ ਠੀਕ ਹੈ ਜੀ ਸੋ 10 ਵਜੇ 10 ਵਜੇ ਮਤਲਬ ਤੁਸੀਂ ਸੌਂਜੋ ਹੁਣ ਸੌਂਗੇ 10 ਤੋਂ ਲੈ ਕੇ 4 ਵਜੇ ਤੱਕ ਤੁਹਾਡਾ ਟਾਈਮ ਕੰਪਲੀਟ ਯਾ ਇਹ ਉਹ ਬੱਚਿਆਂ ਦਾ ਟਾਈਮ ਹੋ ਗਿਆ ਜਿਹੜੇ 10 ਵਜੇ ਸੌਣ ਵਾਲੇ ਆ ਤਾਂ ਸਵੇਰ 4 ਵਜੇ ਉੱਠਣ ਵਾਲੇ ਆ ਹੁਣ ਆਜੋ ਬੱਚੇ ਆਨਲਾਈਨ ਮਟੀਰੀਅਲ ਦੀ ਗੱਲ ਸੋ ਬੱਚੇ ਪਲੀਜ਼ ਵੀਡੀਓ ਨੂੰ ਲਾਈਕ ਕਰ ਦੇਣਾ ਮੈਕਸਿਮਮ ਸ਼ੇਅਰ ਕਰ ਦੇਣਾ ਤਾਂ ਕਿ ਮੈਨੂੰ ਵੀ ਪਤਾ ਲੱਗੇ ਇਸ ਤਰ੍ਹਾਂ ਦੀ ਅਗਰ ਅਸੀਂ ਸਟੱਡੀ ਮਟੀਰੀਅਲ ਬੱਚਿਆਂ ਨੂੰ ਪ੍ਰੋਵਾਈਡ ਕਰਦੇ ਆਂ ਵੀ ਸਟ੍ਰਕਚਰ ਪ੍ਰੋਵਾਈਡ ਕਰਦੇ ਆਂ ਤਾਂ ਬੱਚੇ ਕਿੰਨਾ ਕੁ ਫੋਲੋ ਕਰਦੇ ਆ ਜਾਂ ਕਿੰਨਾ ਕੁ ਸੁਣਦੇ ਆ ਸੋ ਹੁਣ ਆਜੋ ਆਨਲਾਈਨ ਮਟੀਰੀਅਲ ਦੇ ਉੱਪਰ ਬੱਚੇ ਆਨਲਾਈਨ ਮਟੀਰੀਅਲ ਬਹੁਤ ਸਾਰੇ ਬੱਚੇ ਐਦਾਂ ਕਨਫਿਊਜ਼ ਆ ਕਿ ਮੈਮ ਅਸੀਂ ਸਾਰਾ ਸਾਲ ਨਹੀਂ ਪੜੇ ਮੈਨੂੰ ਇੱਕ ਦਿਨ ਇੱਕ ਬੱਚੇ ਦਾ ਕਮੈਂਟ ਆਇਆ ਜਿਹਨੂੰ ਦੇਖ ਕੇ ਮੈਨੂੰ ਮਤਲਬ ਹਾਸਾ ਵੀ ਆ ਰਿਹਾ ਸੀ ਤੇ ਮੈਂ ਉਹਦੇ ਲਈ ਸੋਚ ਵੀ ਰਹੀ ਸੀ ਕਿ ਮੈਨੂੰ ਇਸ ਬੱਚੇ ਦੇ ਲਈ ਕੀ ਸੁਜੈਸ਼ਨ ਦੇਣੀ ਚਾਹੀਦੀ ਆ ਸੋ ਉਹ ਬੱਚੇ ਜਿਹੜੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਦੇ ਪੜ੍ਹੇ ਹੀ ਨਹੀਂ ਅਸੀਂ ਸਿਰਫ ਔਰ ਸਿਰਫ ਜਿਹੜੇ ਆ ਪੇਪਰ ਮਿਲ ਗਏ ਸਾਨੂੰ ਅਸੀਂ ਦੂਸਰੇ ਦੇ ਸਹਾਰੇ ਤੇ ਸੀਗੇ ਵੀ ਹਾਂ ਪੇਪਰ ਮਿਲ ਜਾਣਗੇ ਆਨਸਰ ਆ ਜਾਣਗੇ ਅਸੀਂ ਟਿਕ ਲਗਾ ਦਾਂਗੇ ਪਰ ਹੁਣ ਮੰਨ ਕੇ ਚੱਲੋ ਬੱਚੇ ਮੰਨ ਕੇ ਚੱਲੋ ਕਿ ਹੁਣ ਤੁਹਾਨੂੰ ਕੋਈ ਵੀ ਪੇਪਰ ਦੇ ਆਨਸਰ ਨਹੀਂ ਮਿਲਣਗੇ ਤੁਹਾਨੂੰ ਖੁਦ ਪੜ੍ਹਨਾ ਪੈਣਾ ਖੁਦ ਪਾਸ ਹੋਣਾ ਪੈਣਾ ਤਾਂ ਕਿੱਥੋਂ ਬੜਾਂਗੇ ਨੰਬਰ 1 ਬੱਚੇ ਆਪਣੀਆਂ ਮੇਨ ਬੁੱਕਸ ਚੱਕ ਲਓ ਜਿੰਨੀਆਂ ਵੀ ਮੇਨ ਬੁੱਕਸ ਆ ਚਾਹੀ ਦਿਨੇਸ਼ ਆ ਵਿਨੇਸ਼ ਆ ਮਾਡਰਨ ਆ ਪ੍ਰਦੀਪ ਸਿਆ ਸ਼ਰਮਾ ਪਬਲਿਸ਼ਰ ਆ ਜਾਂ ਜਿਹੜੀ ਵੀ ਬੁੱਕ ਆ ਜਿਹੜੀ ਤੁਹਾਡੀ ਮੇਨ ਬੁੱਕ ਆ ਪਹਿਲਾਂ ਤਾਂ ਉਹ ਮਟੀਰੀਅਲ ਨੂੰ ਫੋਲੋ ਕਰੋ ਠੀਕ ਹੈ ਸੋ ਟਾਈਮ ਬਹੁਤ ਜ਼ਿਆਦਾ ਘਟਾ ਜਿਹੜਾ ਜਿਹੜਾ ਬੱਚੇ ਡੇਢ ਡੇਢ ਘੰਟੇ ਦਾ ਟਾਈਮ ਦਿੱਤਾ ਗਿਆ ਨਾ ਉਸ ਡੇਢ ਘੰਟੇ ਦੇ ਵਿੱਚ ਮੇਨ ਬੁੱਕ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰੋ ਸੈਕਿੰਡ ਨੰਬਰ ਤੇ ਆ ਜਾਓ ਐਜੂਕੇਅਰ ਐਪ ਠੀਕ ਹੈ ਐਜੂਕੇਅਰ ਐਪ ਤੁਸੀਂ ਇੱਦਾਂ ਵੀ ਕਰ ਸਕਦੇ ਆ ਜਿੱਦਾਂ ਹੁਣ ਡੇਢ ਘੰਟੇ ਦਾ ਟਾਈਮ ਆ ਬੱਚੇ ਇੱਕ ਘੰਟਾ ਜਿਹੜਾ ਤੁਸੀਂ ਆਪਣੀ ਬੁੱਕ ਨੂੰ ਦੇ ਦਿੱਤਾ ਤੇ 30 ਮਿੰਟ ਅੱਧਾ ਘੰਟਾ ਜਿਹੜਾ ਐਜੂਕੇਅਰ ਐਪ ਨੂੰ ਦੇ ਦਿੱਤਾ ਬਟ ਬੱਚੇ ਫਿਜ਼ਿਕਸ ਕੈਮਿਸਟਰੀ ਦੇ ਲਈ ਮੈਂ ਐਜੂਕੇਅਰ ਐਪ ਸੁਜੈਸਟ ਨਹੀਂ ਕਰਦੀ ਕਿਉਂਕਿ ਫਿਜ਼ਿਕਸ ਦਾ ਬੱਚੇ ਬਹੁਤ ਘੱਟ ਮਟੀਰੀਅਲ ਐਜੂਕੇਅਰ ਐਪ ਦੇ ਵਿੱਚੋਂ ਆਇਆ ਇੱਦਾਂ ਕਹਿ ਸਕਦੇ ਆ ਕਿ 10 20% ਜਿਹੜਾ ਇਹ ਪੇਪਰ ਆ 20% ਵੀ ਜ਼ਿਆਦਾ ਹੋ ਗਿਆ 10 15% ਪੇਪਰ ਇਦਾਂ ਦਾ ਆਇਆ ਜਿਹੜਾ ਐਜੂਕੇਅਰ ਐਪ ਦੇ ਵਿੱਚੋਂ ਫਿਜ਼ਿਕਸ ਦਾ ਆਇਆ ਬਾਕੀ ਸਬਜੈਕਟ ਦਾ ਮੈਂ ਕਿਸੇ ਦਾ ਗੱਲ ਨਹੀਂ ਕਰਨਾ ਚਾਹੁੰਦੀ ਕਿਉਂਕਿ ਮੈਨੂੰ ਬਾਕੀਆਂ ਦਾ ਇੰਨਾ ਨਹੀਂ ਪਤਾ ਫਿਜ਼ਿਕਸ ਦਾ ਪੇਪਰ ਐਜੂਕੇਅਰ ਐਪ ਦੇ ਵਿੱਚੋਂ ਜ਼ਿਆਦਾ ਨਹੀਂ ਆਇਆ ਸੋ 3rd ਚੀਜ਼ ਆਜੋ ਬੱਚੇ ਹੈਲਪਿੰਗ ਬੁੱਕ ਹੈਲਪਿੰਗ ਬੁੱਕ ਦੇ ਵਿੱਚ ਮੋਸਟਲੀ ਜਿਹੜੇ ਆ ਮੋਸਟ ਇੰਪੋਰਟੈਂਟ ਕੁਐਸਚਨਸ ਆ ਜਿਹੜੇ ਕਵਰ ਹੋ ਰਹੇ ਆ ਮੋਸਟਲੀ ਇਹਦਾ ਮਤਲਬ 80% ਸਿਲੇਬਸ ਬੱਚੇ 70 ਟੂ 80% ਸਿਲੇਬਸ ਇਦਾਂ ਦਾ ਆਇਆ ਜਿਹੜਾ ਹੈਲਪਿੰਗ ਬੁਕਸ ਦੇ ਵਿੱਚੋਂ ਕ ਸੋ ਐਕੂਰੇਟ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਕੁਐਸਚਨ ਆ ਬੱਚੇ ਜਿਹੜੇ ਕਵਰ ਹੋ ਰਿਹਾ ਅਗਰ ਤੁਸੀਂ ਐਕੂਰੇਟ ਯੂਨੀਮੈਕਸ ਐਮਬੀਡੀ ਜੀਬੀਡੀ ਦਿਨੇਸ਼ ਦੀ ਬੱਚੇ ਬੁੱਕ ਪੜ੍ਹ ਕੇ ਜਾਣੇ ਆ ਤਾਂ ਤੁਹਾਡਾ ਮੋਸਟਲੀ ਸਿਲੇਬਸ ਕਵਰ ਹੋ ਰਿਹਾ ਆ ਸੋ ਮੈਂ ਨਹੀਂ ਕਹਿੰਦੀ ਕਿ ਸਿਰਫ ਆਹੀ ਬੁੱਕ ਪੜ੍ਹ ਕੇ ਜਾਓ ਬੱਚੇ ਤੁਸੀਂ ਆਪਣੀ ਮੈਕਸਿਮਮ ਤਿਆਰੀ ਕਰਕੇ ਜਾਣੀ ਆ ਸੋ ਕੋਈ ਵੀ ਹੈਲਪਿੰਗ ਬੁੱਕ ਇਦਾਂ ਦੀ ਚੱਕੋ ਔਰ ਉਹਦੇ ਕਨਸੈਪਟ ਲਰਨ ਕਰਕੇ ਜਾਓ ਨਾ ਕਿ ਜਿਹੜੇ ਐਮਸੀਕਿਊਜ਼ ਹਨ ਉਹਨੂੰ ਰੱਟਾ ਮਾਰ ਕੇ ਜਾਣਾ ਆ ਬਹੁਤ ਸਾਰੇ ਬੱਚੇ ਪੁੱਛਦੇ ਆ ਮੈਡਮ ਇਹੋ ਹੀ ਪੇਪਰ ਆਏਗਾ ਬੱਚੇ ਇਹੋ ਤਾਂ ਕੋਈ ਮਤਲਬ ਨਹੀਂ ਹੁੰਦਾ ਤੁਹਾਡੇ ਕਨਸੈਪਟ ਕਲੀਅਰ ਹੋਣੇ ਚਾਹੀਦੇ ਕਨਸੈਪਟ ਕਲੀਅਰ ਹੋਏ ਤਾਂ ਕੁਐਸਚਨ ਜਿੱਥੋਂ ਮਰਜ਼ੀ ਪਾ ਦੇਣ ਸੋ ਟਰਾਈ ਕਰੋ ਕਿ ਜਿਹੜੀ ਵੀ ਹੈਲਪਿੰਗ ਬੁੱਕ ਤੁਸੀਂ ਪੜ ਰਹੇ ਆ ਉਹਦੇ ਕਨਸੈਪਟ ਕਲੀਅਰ ਕਰਕੇ ਜਾਓ ਚੌਥੇ ਨੰਬਰ ਤੇ ਆ ਜਾਓ ਬੱਚੇ ਜਿੰਨੀ ਵੀ ਤੁਹਾਡੀ ਮਾਡਲ ਟੈਸਟ ਪੇਪਰ ਆ ਸਪਟੰਬਰ ਦੇ ਪੇਪਰ ਆ ਅਗਸਤ ਦੇ ਪੇਪਰ ਆ ਅਕਤੂਬਰ ਦੇ ਪੇਪਰ ਆ ਮਾਡਲ ਟੈਸਟ ਪੇਪਰ ਆ ਤਾਂ ਮੰਨ ਕੇ ਚੱਲੋ ਇਹਦੇ ਵਿੱਚੋਂ 40% ਸਿਲੇਬਸ ਪੱਕਾ ਆ ਜਾਏਗਾ ਚਾਹੀਓ ਉਹ +1 ਦੇ ਬੱਚੇ ਆ ਚਾਹੀਓ ਉਹ +2 ਦੇ ਬੱਚੇ ਆ ਤਾਂ ਤੁਹਾਡੇ ਬੱਚੇ ਪਿਛਲੇ ਪੇਪਰਾਂ ਦੇ ਵਿੱਚੋਂ ਕੁਝ ਇੱਕ ਕੁਐਸਚਨਜ਼ ਜ਼ਰੂਰ ਆਣਗੇ ਹੋ ਸਕਦਾ ਐਸ ਸੱਚ ਆ ਜਾਣ ਹੋ ਸਕਦਾ ਮਾੜੀ ਮੋਟੀ ਵਰਡਿੰਗ ਜਿਹੜੀ ਚੇਂਜ ਹੋ ਚਵੇ ਸੋ ਬੱਚੇ ਲਾਸਟ ਪੰਜਵਾਂ ਪੁਆਇੰਟ ਆ ਸੋ ਫਿਫਥ ਪੁਆਇੰਟ ਆ ਬੱਚੇ ਮੇਰਾ ਇੱਥੇ ਹੁਣ ਮੇਰੇ ਤੋਂ ਜਗ੍ਹਾ ਨਹੀਂ ਆ ਮੈਂ ਸਾਈਡ ਤੇ ਲਿਖ ਰਹੀ ਹਾਂ ਫਿਫਥ ਪੁਆਇੰਟ ਬੱਚੇ ਐਨਸੀਆਰਟੀ ਜਿਹੜੀ ਫਿਜ਼ਿਕਸ ਦੇ ਲਈ ਤੁਸੀਂ NCERT ਪ੍ਰਪੇਅਰ ਕਰਨੀ ਆ ਇਹਦੇ ਵਿੱਚ ਤੁਸੀਂ ਹੌਟ ਕੁਐਸ਼ਨਸ ਨਹੀਂ ਪੜ ਕੇ ਜਾਣੇ ਹੌਟ ਕੁਐਸ਼ਨਸ ਮਤਲਬ ਬਹੁਤ ਜ਼ਿਆਦਾ ਡਿਫਿਕਲਟੀ ਲੈਵਲ ਦੇ NEET JEE ਲੈਵਲ ਦੇ ਕੁਐਸ਼ਨਸ ਤੁਸੀਂ ਪ੍ਰਪੇਅਰ ਕਰਕੇ ਨਹੀਂ ਜਾਣੇ ਤੁਸੀਂ ਜਿਹੜੇ ਆ ਅ ਲੋ ਲੈਵਲ ਦੇ ਜਾਂ ਮੀਡੀਅਮ ਜਿਹੜੇ ਆ ਕੁਐਸਚਨਸ ਆ ਐਮਸੀਕਿਊਜ਼ ਆ ਸਿਰਫ ਉਹੀ ਐਮਸੀਕਿਊਜ਼ ਪ੍ਰਪੇਅਰ ਕਰਕੇ ਜਾਣੇ ਸੋ 10 ਕੁਐਸਚਨਸ ਚਾਹੀਏ +1 ਕਲਾਸ ਆ ਚਾਹੀਏ +2 ਕਲਾਸ ਆ 10 ਕੁਐਸਚਨ ਜਿਹੜੇ ਆ ਤੁਹਾਡੇ ਐਮਸੀਕਿਊਜ਼ ਦੇ ਐਪਲੀਕੇਸ਼ਨ ਬੇਸਡ ਆਣਗੇ ਤਾਂ ਬਹੁਤ ਜ਼ਿਆਦਾ ਡਿਫਿਕਲਟ ਜਾਂ ਹਾਈ ਲੈਵਲ ਤੇ ਜਾਣ ਦੀ ਜ਼ਰੂਰਤ ਨਹੀਂ ਆ ਸੋ ਬੱਚੇ ਕਮੈਂਟ ਕਰਕੇ ਜ਼ਰੂਰ ਦੱਸ ਦੇਣਾ ਤਾਂ ਕਿ ਮੈਂ ਕੱਲੀ ਫਿਜ਼ਿਕਸ ਦੇ ਉੱਪਰ ਤੁਹਾਨੂੰ ਮੋਸਟ ਇੰਪੋਰਟੈਂਟ ਕੁਐਸਚਨ ਜਾਂ ਮੋਸਟ ਇੰਪੋਰਟੈਂਟ ਜਿਹੜੇ ਆ ਟੌਪਿਕਸ ਦੇ ਬਾਰੇ ਦੱਸ ਸਕਾਂ ਜੇ ਤੁਸੀਂ ਕਮੈਂਟ ਕਰ ਦੋਗੇ ਤਾਂ ਡੈਫੀਨੇਟਲੀ ਕੱਲ੍ਹ ਜਾਂ ਪਰਸੋ ਤੱਕ ਤੁਹਾਡੀ ਉਹਦੇ ਤੇ ਵੀਡੀਓ ਆ ਜਾਏਗੀ ਅਗਰ ਤੁਸੀਂ ਇਸ ਵੀਡੀਓ ਤੋਂ ਹੀ ਸੈਟੀਸਫਾਈਡ ਆ ਤਾਂ ਬਹੁਤ ਅੱਛੀ ਗੱਲ ਆ ਚਲੋ ਬੱਚੇ ਹੁਣ ਗੱਲ ਕਰਦੇ ਆ ਜਿਹੜੇ ਬੱਚੇ 12 ਤੋਂ ਲੈ ਕੇ 6 ਵਜੇ ਤੱਕ ਸੁੱਤੇ ਆ ਮਤਲਬ ਰਾਤ ਦੇ 12 ਵਜੇ ਸੌਂਗੇ ਸਵੇਰ 6 ਵਜੇ ਉੱਠਗੇ ਬੱਚੇ 6 ਵਜੇ ਯਾਦ ਨਾਲ ਉੱਠ ਜਾਣਾ ਨਹੀਂ ਉਠੋਗੇ ਤਾਂ ਲਾਸ ਹੋਏਗਾ ਸੋ ਜਿੱਦਾਂ ਹੀ ਅਸੀਂ ਉੱਠੇ ਸਭ ਤੋਂ ਔਖਾ ਸਬਜੈਕਟ ਤੋਂ ਸਟਾਰਟ ਕੀਤਾ ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਤੁਹਾਡੇ ਲਈ ਸਭ ਤੋਂ ਔਖਾ ਸਬਜੈਕਟ ਕਿਹੜਾ ਆ ਮੈਂ ਮੰਨ ਕੇ ਚੱਲ ਰਹੀ ਆ ਕਿ ਫਿਜ਼ਿਕਸ ਆ ਹੋ ਸਕਦਾ ਤੁਹਾਡੇ ਲਈ ਸਭ ਤੋਂ ਔਖਾ ਸਬਜੈਕਟ ਮੈਥਸ ਹੋਵੇ ਹੋ ਸਕਦਾ ਕੈਮਿਸਟਰੀ ਹੋਵੇ ਜਿਹੜਾ ਸਭ ਤੋਂ ਜ਼ਿਆਦਾ ਔਖਾ ਸਬਜੈਕਟ ਆ ਉਹਨੂੰ ਪਹਿਲਾਂ ਸਵੇਰ ਟਾਈਮ ਦਿਓ 6 ਤੋਂ ਲੈ ਕੇ 7:30 ਵਜੇ ਤੱਕ ਠੀਕ ਆ ਜੀ ਸੋ ਡੇਢ ਘੰਟਾ ਬੱਚੇ ਟਾਈਮ ਦੇਣਾ ਹੀ ਦੇਣਾ ਆ ਥੈਨ ਹੁਣ ਤੁਹਾਡਾ ਟਾਈਮ ਸਟਾਰਟ ਹੋ ਗਿਆ 7:30 ਤੋਂ ਲੈ ਕੇ 3:30 ਵਜੇ ਤੱਕ ਤੁਹਾਡਾ ਸਕੂਲ ਦਾ ਟਾਈਮ ਆ ਸੋ ਇਹਦੇ ਵਿੱਚ ਆਪਾਂ ਕੋਈ फेर ਫਿਰ ਨਹੀਂ ਕਰਦੇ 3:30 ਵਜੇ ਤੁਸੀਂ ਆਪਣੇ ਘਰ ਆਏ ਚਾਹ ਪਾਣੀ ਪੀਤਾ ਮੂੰਹ ਹੱਥ ਧੋਤਾ ਤੇ 4:00 ਵਜੇ 4:00 ਵਜੇ ਤੋਂ ਲੈ ਕੇ ਬੱਚੇ 4:30 ਵਜੇ ਤੱਕ 4 ਤੋਂ ਲੈ ਕੇ 4:30 ਵਜੇ ਤੱਕ ਤੁਸੀਂ ਆਪਣੀ ਪੰਜਾਬੀ ਪੜ੍ਹਨੀ ਆ ਬਿਕੋਜ਼ ਉਦੋਂ ਤੁਸੀਂ ਥੱਕੇ ਹੋਏ ਆ ਇੰਗਲਿਸ਼ ਪੰਜਾਬੀ ਦੇ ਲਈ ਤੁਹਾਨੂੰ ਬਹੁਤ ਜ਼ਿਆਦਾ ਦਿਮਾਗ ਲਾਉਣ ਦੀ ਲੋੜ ਨਹੀਂ ਆ ਤਾਂ 3:30 4:30 ਵਜੇ ਤੱਕ ਤੁਸੀਂ ਪੰਜਾਬੀ ਪੜ੍ਹ ਸਕਦੇ ਆ ਪੰਜਾਬੀ ਇੰਗਲਿਸ਼ ਬਿਲਕੁਲ ਨਾ ਭੁੱਲਿਓ ਰਜੇ 4:30 ਤੋਂ ਲੈ ਕੇ 5:00 ਵਜੇ ਤੱਕ ਤੁਸੀਂ ਪੜ੍ਹਨੀ ਆ ਇੰਗਲਿਸ਼ ਠੀਕ ਹੈ ਜੀ ਹੁਣ ਇੰਗਲਿਸ਼ ਤੁਹਾਡੇ ਹੱਥ ਵਿੱਚ ਆ 4:30 ਤੋਂ 5 ਪੜ੍ਹਨਾ ਚਾਹੀਦਾ ਕਿ ਸਾਢੇ 5 ਤੋਂ ਲੈ ਕੇ ਸਾਢੇ 5 ਵਜੇ ਤੱਕ ਹੁਣ ਆਪਣੇ ਦਿਮਾਗ ਨੂੰ ਥੋੜੀ ਜਿਹੀ ਰੈਸਟ ਦਿਓ 5 ਵਜੇ ਤੋਂ ਲੈ ਕੇ ਬੱਚੇ ਸਾਢੇ 5 ਵਜੇ ਤੱਕ ਘੁੰਮੋ ਫਿਰੋ ਬਾਹਰਲੀ ਹਵਾ ਲਓ ਮੋਬਾਈਲ ਨਹੀਂ ਚੱਕਣਾ ਮੋਬਾਈਲ ਫਿਰ ਵੀ ਦਿਮਾਗ ਦਾ ਕੰਮ ਆ ਠੀਕ ਹੈ ਟੀਵੀ ਦੇਖਣਾ ਵੀ ਦਿਮਾਗ ਦਾ ਕੰਮ ਆ ਕੋਈ ਵੀਡੀਓ ਗੇਮ ਖੇਡਣਾ ਵੀ ਦਿਮਾਗ ਦਾ ਕੰਮ ਆ ਪੜ੍ਹਨਾ ਵੀ ਦਿਮਾਗ ਦਾ ਕੰਮ ਆ ਉੱਥੇ ਵੀ ਅੱਖਾਂ ਲੱਗਦੀਆਂ ਆ ਤੇ ਦਿਮਾਗ ਲੱਗਦਾ ਸੋ ਟਰਾਈ ਕਰੋ ਬੱਚੇ ਜਿਹੜਾ ਫ੍ਰੀ ਟਾਈਮ ਆ ਫ੍ਰੀ ਟਾਈਮ ਮਤਲਬ ਖੁੱਲੀ ਹਵਾ ਦੇ ਵਿੱਚ ਘੁੰਮੋ ਆਪਣਾ ਘਰ ਦਾ ਕੋਈ ਕੰਮ ਕਰ ਲਓ ਆਪਣੇ ਘਰ ਦੇ ਕੱਪੜੇ ਤੈਅ ਕਰ ਲਓ ਕੱਪੜੇ ਧੋ ਲਓ ਰੋਟੀ ਬਣਾ ਲਓ ਜਾਂ ਸਬਜ਼ੀ ਕੱਟ ਦਿਓ ਜਾਂ ਕੁਝ ਵੀ ਕੰਮ ਜਿਹੜਾ ਤੁਸੀਂ ਮਾਰਕੀਟ ਜਾਣਾ ਚਾਹੁੰਦੇ ਆ ਮਾਰਕੀਟ ਚੱਲ ਜਾਓ ਕੁਝ ਖਾਣਾ ਪੀਣਾ ਚਾਹੁੰਦੇ ਆ ਤਾਂ ਖਾ ਪੀ ਲਓ ਇਹਦਾ ਮਤਲਬ ਅੱਧਾ ਘੰਟਾ ਬੱਚੇ ਆਪਣੇ ਦਿਮਾਗ ਨੂੰ ਟੋ ਠੀਕ ਹੈ ਜੀ ਹੁਣ 5:30 ਵਜੇ ਅਗੇਨ ਆਪਣਾ ਟਾਈਮ ਟੇਬਲ ਸ਼ੁਰੂ ਕਰੋ 5:30 ਵਜੇ ਹੁਣ ਬੱਚੇ ਸਾਡਾ ਸੈਕੰਡ ਮੋਸਟ ਡਿਫਿਕਲਟ ਸਬਜੈਕਟ ਮੰਨ ਲਓ ਅਸੀਂ ਕੈਮਿਸਟਰੀ ਕਰ ਰਹੇ ਹਾਂ ਤਾਂ ਕੈਮਿਸਟਰੀ ਨੂੰ ਆਪਣਾ ਟਾਈਮ ਦਿਓ 7:30 ਵਜੇ ਤੱਕ 7:00 ਵਜੇ ਤੱਕ 5:30 ਤੋਂ ਲੈ ਕੇ 7:00 ਵਜੇ ਤੱਕ ਅਗੇਨ 7:00 ਵਜੇ ਤੋਂ ਲੈ ਕੇ 8:00 ਵਜੇ ਤੱਕ ਆਪਣੇ ਆਪ ਨੂੰ ਫ੍ਰੀ ਰੱਖੋ ਅਗਰ ਬੁਆਏਜ਼ ਆ ਤਾਂ ਆਪਣੇ ਪਾਪਾ ਨੂੰ ਕੋਈ ਕੰਮ ਕਰਾ ਦਿਓ ਅਗਰ ਗਰਲਜ਼ ਆ ਟਰਾਈ ਕਰੋ ਬੱਚੇ ਘਰ ਦੀ ਰੋਟੀ ਜ਼ਰੂਰ ਬਣਾਓ ਤੁਸੀਂ ਵੱਡੇ ਹੋ ਚੁੱਕੇ ਆ ਤਾਂ ਘਰ ਦੀ ਰੋਟੀ ਜ਼ਰੂਰ ਬਣਾਓ ਮੰਮੀ ਪਾਪਾ ਨੇ ਹੈਲਪ ਜ਼ਰੂਰ ਕਰਾਓ 8 ਵਜੇ ਤੱਕ ਜਿਹੜਾ ਆਪਣਾ ਖਾ ਪੀ ਕੇ ਬਿਲਕੁਲ ਫ੍ਰੀ ਹੋ ਜਾਓ ਹੁਣ ਬੱਚੇ ਆਜੋ 8 ਵਜੇ ਆਪਣਾ ਨੈਕਸਟ ਟਾਈਮ ਟੇਬਲ ਜਿਹੜਾ ਸਾਡਾ ਲਾਸਟ ਸਬਜੈਕਟ ਰਹਿ ਗਿਆ ਮੈਥਸ ਜਾਂ ਫਿਰ ਬਾਇਓਲੋਜੀ ਠੀਕ ਹੈ ਜੀ ਅਧਾ ਡੇਢ ਘੰਟਾ ਬੱਚੇ ਇਹਨੂੰ ਦਿਓ ਹੁਣ 9:30 ਵਜੇ ਤੋਂ ਬਾਅਦ ਤੁਸੀਂ ਬਿਲਕੁਲ ਫ੍ਰੀ ਆ ਹੁਣ 9:30 ਤੋਂ ਲੈ ਕੇ 11:30 ਜਾਂ ਫਿਰ 12 ਵਜੇ ਤੱਕ ਜਿੰਨੇ ਟਾਈਮ ਤੱਕ ਤੁਸੀਂ ਜਾਗਣਾ ਚਾਹੁੰਦੇ ਆ ਇੱਥੇ ਤੁਸੀਂ ਆਨਲਾਈਨ ਮਟੀਰੀਅਲ ਨੂੰ ਪ੍ਰੇਫਰੈਂਸ ਦਿਓ ਆਨਲਾਈਨ ਵੀਡੀਓਜ਼ ਨੂੰ ਤੇ ਆਨਲਾਈਨ ਮਟੀਰੀਅਲ ਨੂੰ ਕਿਉਂਕਿ ਮੋ ਮੈਂ ਖੁਦ ਆਪਣੀ ਐਕਸਪੀਰੀਅੰਸ ਨਾਲ ਦੱਸ ਰਹੀਆਂ ਕਿ ਸਤੰਬਰ ਅਕਤੂਬਰ ਦੇ ਵਿੱਚ ਜਿਹੜਾ ਮੈਂ +1 +2 ਨੂੰ ਕਿਹਾ ਸੀਗਾ ਕਿ ਆ ਇੰਪੋਰਟੈਂਟ ਚੀਜ਼ਾਂ ਆ ਇਹ ਕਰਕੇ ਜਾਓ ਇਹ ਕੱਲ ਦੇ ਪੇਪਰ ਦੇ ਵਿੱਚ ਆ ਸਕਦਾ ਆ ਸੋ ਬੱਚਿਓ ਕੁਐਸਚਨਸ ਆਏ ਆ ਉਹਨਾਂ ਦੇ ਵਿੱਚੋਂ ਕੁਐਸਚਨਸ ਆਇਆ ਸੋ ਟਰਾਈ ਕਰੋ ਬੱਚੇ ਜਿਹੜੀ ਵੀ ਮੈਂ ਤੁਹਾਨੂੰ ਮਟੀਰੀਅਲ ਪ੍ਰੋਵਾਈਡ ਕਰ ਰਹੀ ਆ ਉਹ ਪੜ੍ਹ ਕੇ ਜ਼ਰੂਰ ਜਾਓ ਸੋ ਐਟ ਪ੍ਰੈਸੈਂਟ ਸਾਡੀ ਯੂਨੀਮੈਕਸ ਚੱਲ ਰਹੀ ਆ ਐਕੂਰੇਟ ਪਲੱਸ 1 ਦੀ ਜਿਹੜੀ ਐਕੂਰੇਟ ਚੱਲ ਰਹੀ ਆ ਸੋ ਆਪਣੀਆਂ ਹੈਲਪਿੰਗ ਬੁੱਕਸ ਨੂੰ ਜ਼ਰੂਰ ਪੜ੍ਹ ਕੇ ਜਾਓ ਐਂਡ 올 ਦਾ ਬੈਸਟ ਫਾਰ ਯੂਅਰ ਐਗਜ਼ਾਮ ਸੋ ਬੱਚੇ 22 ਡੇਜ਼ ਦਾ ਜਿਹੜਾ ਆਪਣਾ ਟਾਈਮ ਟੇਬਲ ਸੀ ਸੋ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਬੱਚੇ ਜ਼ਰੂਰ ਦੱਸਣਾ ਕਿ ਇਸ ਵੀਡੀਓ ਦੇ ਵਿੱਚ ਤੁਹਾਨੂੰ ਕੀ ਚੰਗਾ ਲੱਗਿਆ ਜਾਂ ਕੀ ਮਾੜਾ ਲੱਗਿਆ ਯਾ ਤੁਸੀਂ ਆਪਣੀ ਫਿਜ਼ਿਕਸ ਦੇ ਲਈ ਕੱਲੇ ਦੇ ਲਈ ਕਿੱਦਾਂ ਤਿਆਰੀ ਕਰ ਸਕਦੇ ਆ ਉਹਦੇ ਲਈ ਜੇ ਕੁਝ ਸੁਜੈਸ਼ਨ ਚਾਣੇ ਆ ਤਾਂ ਉਹ ਵੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਆ ਥੈਂਕ ਯੂ ਸੋ ਮੱਚ